ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹੋਸਟ ਐਂਡ ਦੋਸਤ ਐਂਕਰ ਕਾਮਿਆ ਦੀ ਸਾਈਡ, ਤੁਸੀਂ ਦੇਖ ਰਹੇ ਹੋ ਪੰਜਾਬੀ ਫਰੰਟ, ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਰੋਸ਼ਨ ਪ੍ਰਿੰਸ ਸਰ, ਜੋ ਲੈ ਕੇ ਆ ਰਹੇ ਇੱਕ ਬਹੁਤ ਹੀ ਪਿਆਰੀ ਮੂਵੀ 15 ਨਵੰਬਰ ਨੂੰ ਆਪਣੇ ਘਰ ਬੇਗਾਨੇ। ਕੰਗ੍ਰੈਚੁਲੇਸ਼ਨ ਐਂਡ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤਾਂ ਟ੍ਰੇਲਰ ਆ ਗਿਆ, ਟ੍ਰੇਲਰ ਦੇਖ ਕੇ ਸਾਡੇ ਤਾਂ ਗੂਜ਼ਬੰਪਸ ਆ ਗਏ ਸੀ, ਬਿਕੋਜ਼ ਇੱਕ ਐਸੀ ਸਟੋਰੀ ਆਉਣ ਜਾ ਰਹੀ ਹੈ ਜੋ ਕਿ ਸਾਰਿਆਂ ਨਾਲ ਰਿਲੇਟ ਕਰੂਗੀ। ਅਤੇ ਤੁਹਾਨੂੰ ਟ੍ਰੇਲਰ ਦੇਖ ਕੇ ਕੀ ਸਭ ਤੋਂ ਜ਼ਿਆਦਾ ਬੈਸਟ ਲੱਗਿਆ? ਇੱਕ ਚੰਗੀ ਫਿਲਮ ਦਾ ਹਿੱਸਾ ਬਣਿਆ ਮੈਂ, ਇਸ ਚੀਜ਼ ਦੀ ਖੁਸ਼ੀ ਹੈ। ਔਰ ਮੈਨੂੰ ਇਸ ਫਿਲਮ ਲਈ ਐਜ਼ ਐਕਟਰ ਚੁਣਿਆ ਗਿਆ, ਮੇਰੇ ਤੋਂ ਫਿਲਮ 'ਚ ਗਾਣਾ ਕੋਈ ਨਹੀਂ ਗਵਾਇਆ ਗਿਆ, ਇਸ ਚੀਜ਼ ਦੀ ਵੀ ਖੁਸ਼ੀ। ਇਸ ਫਿਲਮ ਵਿੱਚ ਗਾਣਾ ਤੁਸੀਂ ਕਿਉਂ ਨਹੀਂ ਗਾਇਆ? ਅਸੀਂ ਸੁਣ ਰਹੇ ਸੀ ਕਿ ਜ਼ਰੂਰਤ ਹੁੰਦੀ ਨਹੀਂ, ਕਈ ਵਾਰੀ ਆਪਾਂ ਫਿਰ ਵੀ ਉਹਨੂੰ ਕਮਰਸ਼ੀਅਲ ਪੁਆਇੰਟ ਆਫ ਵਿਊ ਨਾਲ ਲੈ ਜਾਂਦੇ ਹਾਂ ਕਿ ਨਹੀਂ ਇੱਕ ਗਾਣਾ ਵੀ ਰੱਖੋ ਕਮਰਸ਼ੀਅਲੀ, ਕੱਲ੍ਹ ਨੂੰ ਮਿਊਜ਼ਿਕ ਵੇਚਣ ਦੇ ਵਿੱਚ ਫਾਇਦਾ ਹੋਵੇ ਜਾਂ ਇਸ ਚੀਜ਼ ਦਾ ਫਾਇਦਾ ਹੋਵੇ। ਬਲਰਾਜ ਜੀ ਦੀ ਅੱਛੀ ਸੋਚ ਹੈ ਕਿ ਜਿੱਥੇ ਜਿਹੜੀ ਚੀਜ਼ ਚਾਹੀਦੀ ਹੈ, ਜਿਸ ਕਾ ਕਾਮ ਉਸੀ ਕੋ ਸਾਜੇ, ਤਾਂ ਮੇਰੀ ਮਿਊਜ਼ਿਕ ਦੇ ਵਿੱਚ ਨਹੀਂ ਜ਼ਰੂਰਤ ਸੀ, ਮੈਨੂੰ ਖੁਸ਼ੀ। ਬਲਰਾਜ ਜੀ ਨੇ ਫਸਟ ਟਾਈਮ ਮੂਵੀ ਡਾਇਰੈਕਟ ਐਂਡ ਰਿਟਰਨ ਕੀਤੀ ਹੈ, ਤਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉਹਨਾਂ ਨੇ? ਤੁਸੀਂ ਬਹੁਤ ਮੂਵੀਜ਼ ਕਰ ਚੁੱਕੇ ਹੋ, ਐਜ਼ ਅ ਉਹਨਾਂ ਦਾ ਫਸਟ ਟਾਈਮ ਹੈ, ਤਾਂ ਉਹਨਾਂ ਤੁਹਾਨੂੰ ਸਭ ਤੋਂ ਬੈਸਟ ਉਹਨਾਂ ਦੀ ਚੀਜ਼ ਕੀ ਲੱਗੀ ਜੋ ਉਹਨਾਂ ਨੇ ਮਤਲਬ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਹੈ ਮੂਵੀ ਦੇ ਵਿੱਚ? ਸਭ ਤੋਂ ਵੱਡੀ ਗੱਲ ਫੋਕਸ ਆਪਣੇ ਕੰਮ ਦੇ ਉੱਤੇ ਲੈ ਕੇ, ਔਰ ਉਹਨਾਂ ਨੇ ਲਿਖਿਆ ਤਾਂ ਬਹੁਤ ਪਿਆਰਾ ਸੀਗਾ ਹੀ, ਜਦੋਂ ਸਾਡੀ ਫੋਨ 'ਤੇ ਡਿਸਕਸ਼ਨ ਹੋਈ ਸੀ ਇਸ ਕਹਾਣੀ ਨੂੰ ਲੈ ਕੇ, ਅਤੇ ਵਿਸ਼ਵਾਸ ਦੂਜਾ ਮੈਨੂੰ ਆਪਣੇ ਭਰਾ 'ਤੇ ਹੈ, ਕਿਉਂਕਿ ਅਸੀਂ ਅੱਜ ਤੋਂ ਨਹੀਂ ਪਿਛਲੇ 20 ਸਾਲ ਤੋਂ ਇਕੱਠੇ ਜੁੜੇ ਹੋਏ ਹਾਂ ਇੱਕ ਚੈਨਲ ਤੋਂ। ਕਾਮੇਡੀ ਚੱਲਦਾ ਸੀ ਨਾ, ਹੱਸਦੇ ਹਸਾਉਂਦੇ ਰਹੋ, ਮੈਂ ਆਵਾਜ਼ ਪੰਜਾਬ ਦੀ, ਤਾਂ ਸਾਡੀ ਉਦੋਂ ਦੀ ਇੱਕ ਦੋਸਤੀ ਹੈ, ਅਤੇ ਰਾਈਟਿੰਗ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਸੀ। ਇਸ ਫਿਲਮ ਦੇ ਡਾਇਰੈਕਟਰ ਪਹਿਲਾਂ 4 ਸੀਗੇ, ਉਹ ਕ੍ਰੀਏਟਿਵ ਡਾਇਰੈਕਟਰ ਨੇ ਹੁਣ ਇਸ ਫਿਲਮ ਦੇ, ਉਹਨਾਂ ਦਾ ਵੀਜ਼ਾ ਨਹੀਂ ਸੀ, ਇਸ ਕਰਕੇ ਇਹ ਜ਼ਿੰਮੇਵਾਰੀ ਡਾਇਰੈਕਸ਼ਨ ਦੀ ਵੀ ਬਲਰਾਜ ਜੀ ਦੇ ਉੱਤੇ ਪਈ, ਔਰ ਮੈਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਆਪਣੇ ਇਸ ਕੰਮ ਨੂੰ ਇੰਨਾ ਬਖੂਬੀ ਨਿਭਾਇਆ, ਔਰ ਜੋ ਪ੍ਰਜੈਂਟ ਕਰਨਾ ਚਾਹੁੰਦੇ ਸੀ ਉਹ ਹੋਇਆ। ਵੈਸੇ ਵੀ ਚੰਗੀ ਗੱਲ ਹੁੰਦੀ ਹੈ, ਇੱਕ ਰਾਈਟਰ ਨੂੰ ਪਤਾ ਹੁੰਦਾ ਕਿ ਉਹਨਾਂ ਦਾ ਸੀਨ ਕਿਸ ਤਰੀਕੇ ਨਾਲ ਸ਼ੂਟ ਹੋਣਾ ਚਾਹੀਦਾ, ਕੁਝ ਕੀ ਇਮੋਸ਼ਨਸ ਹੋਣੇ ਚਾਹੀਦੇ, ਤਾਂ ਉਹਨਾਂ ਨੇ ਕੰਮ ਕੀਤਾ ਬਹੁਤ ਅੱਛਾ। ਜਿਹੜੇ ਤੁਹਾਡੇ ਅਪੋਜ਼ਿਟ ਕਰੈਕਟਰ ਹੈ, ਫੀਮੇਲ ਕਰੈਕਟਰ ਹੈ, ਉਹ ਵੀ ਕਰੈਕਟਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤੁਹਾਡੀ ਜੋੜੀ ਜਿਹੜੀ ਉਹ ਨਜ਼ਰ ਆ ਰਹੀ ਹੈ, ਲੱਗ ਰਿਹਾ ਕਿ ਕਰੈਕਟਰ ਦੇ ਵਿੱਚ ਬਾਖੂਬੀ ਇਨਵੋਲਵ ਹੈ, ਤਾਂ ਤੁਹਾਡਾ ਐਕਸਪੀਰੀਅੰਸ ਉਹਨਾਂ ਦੇ ਨਾਲ ਕੈਮਿਸਟਰੀ ਕਿੱਦਾਂ ਦੀ ਰਹੀ? ਨਹੀਂ, ਉਹ ਕੁਲਰਾਜ ਮੈਡਮ ਸਾਡੇ ਸੀਨੀਅਰ ਆਰਟਿਸਟ ਨੇ, ਉਹਨਾਂ ਦਾ ਵੀ ਬਹੁਤ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ। ਇੱਕ ਮੈਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਜਦੋਂ ਕਿਸੇ ਸੀਨ ਦੇ ਵਿੱਚ ਦੂਸਰਾ ਆਰਟਿਸਟ ਬਿਹਤਰੀਨ ਹੋਵੇ ਨਾ, ਅਗਰ ਤੁਸੀਂ ਡਾਊਨ ਵੀ ਹੋ ਤਾਂ ਵੀ ਉਹ ਸੀਨ ਚੱਕਿਆ ਜਾਂਦਾ, ਤਾਂ ਇਹੀ ਇਸ ਫਿਲਮ ਦੀ ਇੱਕ ਖਾਸੀਅਤ ਹੈ ਕਿ ਸਾਰੇ ਐਕਟਰ, ਚਾਹੇ ਰਾਣਾ ਰਣਵੀਰ ਜੀ ਨੇ, ਈਵਨ ਉਹ ਛੋਟੇ ਬੱਚੇ ਨੇ ਬਹੁਤ ਅੱਛਾ ਕੰਮ ਕੀਤਾ, ਅਰਮਾਨ ਯੋਗ ਸਰ ਤਾਂ ਹੈਗੇ ਹੀ ਕਮਾਲ ਨੇ, ਕੁਲਰਾਜ ਜੀ, ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੇਰੀ ਪਰਫੋਰਮੈਂਸ ਆਪਣੇ ਆਪ ਇਨਹੈਂਸ ਹੋ ਗਈ। ਸਰ ਮੈਂ ਇੱਕ ਕੁਐਸਚਨ ਜਾਣਨਾ ਚਾਹੂੰਗੀ ਤੁਹਾਡੇ ਤੋਂ, ਕਿ ਤੁਸੀਂ ਬਾਹਰ ਵੀ ਘੁੰਮਦੇ ਰਹਿੰਦੇ ਹੋ ਹੈ ਨਾ, ਕੋਈ ਇਹੋ ਜਿਹਾ ਮੂਵਮੈਂਟ ਜਦੋਂ ਤੁਹਾਨੂੰ ਲੱਗਿਆ ਹੋਵੇ ਕਿ ਯਾਰ ਸਾਡੇ ਇੰਡੀਆ ਦੇ ਵਿੱਚ ਹੀ ਕਿਉਂ ਨਹੀਂ ਇਹ ਸਭ ਚੀਜ਼ਾਂ, ਕੋਈ ਐਸਾ ਮੂਵਮੈਂਟ ਜੋ ਰਿਲੇਟ ਕਰ ਸਕਦੇ ਤੁਸੀਂ ਮੂਵੀ ਨਾਲ ਐਂਡ ਰੀਅਲ ਲਾਈਫ ਦੇ ਨਾਲ? ਸਾਰਾ ਕੁਛ ਹੀ ਰੀਅਲ ਲਾਈਫ ਬੇਸਡ ਹੀ ਹੈ ਇਸ ਫਿਲਮ ਦਾ, ਔਰ ਇਹਦੀ ਤਾਂ ਕਹਾਣੀ ਇੱਦਾਂ ਦੀ ਸੀ ਜਿਹੜੀ ਕੈਨੇਡਾ ਹੀ ਸ਼ੂਟ ਹੋ ਸਕਦੀ ਸੀ, ਇਹ ਫਿਲਮ ਆਪਾਂ ਇੱਥੇ ਨਹੀਂ ਸ਼ੂਟ ਕਰ ਸਕਦੇ, ਕਹਾਣੀ ਹੀ ਇੱਦਾਂ ਦੀ ਸੀ। ਕਰੈਕਟ ਕੋਈ ਲਾਈਫ ਦੇ ਵਿੱਚ ਜਿਵੇਂ ਇਸ ਮੂਵੀ ਦੇ ਵਿੱਚ ਦਿਖਾਇਆ ਗਿਆ, ਉਵੇਂ ਹੀ ਬਾਹਰ ਜਾ ਕੇ ਜਦੋਂ ਪੇਰੈਂਟਸ ਨਾਲ ਟ੍ਰੀਟ ਕੀਤਾ ਜਾਂਦਾ, ਉਵੇਂ ਦਾ ਕੋਈ ਐਕਸਪੀਰੀਅੰਸ ਤੁਹਾਡੇ ਨਾਲ ਰੂਬਰੂ ਆਇਆ ਹੋਵੇ? ਨਹੀਂ, ਇਸ ਸੱਚ ਇੱਦਾਂ ਦਾ ਕੋਈ ਨਹੀਂ ਆਇਆ, ਇਹ ਨਹੀਂ, ਆਪਾਂ ਆਪਣੇ ਪੇਰੈਂਟਸ ਨੂੰ ਸਾਰੇ ਬਹੁਤ ਪਿਆਰ ਕਰਦੇ ਹਾਂ, ਪਰ ਕਈ ਵਾਰੀ ਸਿਚੁਏਸ਼ਨ ਸਰਕਮਸਟੈਂਸਿਸ ਇੱਦਾਂ ਦੇ ਬਣ ਜਾਂਦੇ ਆ, ਆਪਾਂ ਕੋਈ ਨਾ ਕੋਈ ਸਟੋਰੀ ਫੇਸਬੁੱਕ ਇੱਧਰ ਉੱਧਰ ਸਾਹਮਣੇ ਆ ਜਾਂਦੀ ਹੈ, ਹੋ ਸਕਦਾ ਉਸੇ ਤੋਂ ਕਿਤੇ ਮੁਤਾਸਰ ਹੋ ਕੇ ਭਾਅ ਜੀ ਨੇ ਇਹ ਫਿਲਮ ਜਿਹੜੀ ਆ ਉਹ ਬਣਾਈ ਹੋਵੇ, ਉਹ ਸਿਚੁਏਸ਼ਨ ਨੂੰ ਲਿਆ ਹੋਵੇ। ਮੁੱਕਦੀ ਗੱਲ ਇਹ ਹੈ ਕਿ ਸਿਚੁਏਸ਼ਨ ਕੋਈ ਵੀ ਹੋਵੇ, ਕੁਛ ਵੀ ਹੋਵੇ, ਆਪਣੇ ਰਿਸ਼ਤਿਆਂ ਨੂੰ ਬਚਾਉਣ ਦੀ ਗੱਲ ਹੈ, ਉਹ ਇਹਦੇ ਵਿੱਚ ਉਹਨਾਂ ਨੇ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਪੇਸ਼ ਕੀਤੀ। ਇੱਕ ਕੁਐਸਚਨ ਮੇਰਾ ਤੁਹਾਡੇ ਤੋਂ, ਤੁਹਾਨੂੰ ਬਹੁਤ ਜ਼ਿਆਦਾ ਲੋਕ ਨਾ ਸੁਣਦੇ ਆ, ਇੰਸਪਾਇਰ ਹੁੰਦੇ ਆ ਤੁਹਾਡੀ ਗੱਲਾਂ ਤੋਂ ਸਪੈਸ਼ਲੀ, ਤਾਂ ਮੈਂ ਤੁਹਾਨੂੰ ਇਹ ਜਾਣਨਾ ਚਾਹੂੰਗੀ ਕਿ ਪੇਰੈਂਟਸ ਦੇ ਵਿੱਚ ਲੈਕ ਆਫ ਕਮਿਊਨੀਕੇਸ਼ਨ ਜਦੋਂ ਹੋ ਜਾਂਦੀ ਹੈ, ਉਸ ਲੈਕ ਆਫ ਕਮਿਊਨੀਕੇਸ਼ਨ ਨੂੰ ਕਿਵੇਂ ਦੂਰ ਕਰਿਆ ਜਾਂਦਾ ਅਕੋਰਡਿੰਗ ਟੂ ਯੂ? ਗੱਲ ਕਰਕੇ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਗੱਲ ਕਰੋ, ਤੁਹਾਡੇ ਮਨ 'ਚ ਕੀ ਚੱਲ ਰਿਹਾ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ, ਇਹੀ ਸੋਚ ਕੇ ਕਿ ਉਹਨਾਂ ਨੇ ਅਜ਼ਿਊਮ ਕਰ ਲੈਣਾ ਨਾ, ਜਿਹੜਾ ਹੁੰਦਾ ਕਿ ਤੁਸੀਂ ਪਤਾ ਨਹੀਂ ਕੀ ਸੋਚ ਰਹੇ ਹੋ, ਮੈਂ ਕਿ ਇੱਕ ਝੁਕਣਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਜ਼ਰੂਰੀ ਹੈ, ਅਤੇ ਝੁਕਾਂਗੇ, ਗੱਲ ਕਰਾਂਗੇ, ਝੁਕਣ ਦੇ ਨਾਲ ਕਦੇ ਕੋਈ ਬੰਦਾ ਛੋਟਾ ਨਹੀਂ ਹੁੰਦਾ, ਆਪਾਂ ਨੂੰ ਕਈ ਵਾਰੀ ਉੱਥੇ ਵੀ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਜਿੱਥੇ ਆਪਣੀ ਨਾ ਵੀ ਆਪਣਾ ਕਸੂਰ ਹੋਵੇ, ਹੈ ਨਾ, ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾਤਰ। ਜਾਂਦੇ ਜਾਂਦੇ ਸਰ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ? 15 ਨਵੰਬਰ ਫਿਲਮ ਆਪਣੇ ਘਰ ਬੇਗਾਨੇ ਜ਼ਰੂਰ ਵੇਖਣਾ, ਤੁਹਾਨੂੰ ਚੰਗੀ ਲੱਗੇਗੀ, ਪਰਿਵਾਰਕ ਫਿਲਮ ਹੈ। ਫਿਰ ਮਿਲਾਂਗੇ ਨਵੀਂ ਕਿਸੇ ਆਡੀਅੰਸ ਨਾਲ, ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪੰਜਾਬੀ ਫਰੰਟ। ਸਤਿ ਸ਼੍ਰੀ ਅਕਾਲ।